ਅਸਲਾਮ ਅਲੈਕਮ, ਤੁਹਾਡਾ ਵੀਰ ਸ਼ਫਕਤ ਬਾਰੀ, ਮੈਂ ਸਦਕੇ ਮੈਂ ਵਾਰੀ। ਵੱਡਿਆਂ ਦੇ ਵਿਚੋਰਾਂ ਨੂੰ ਬੂਬੂ ਕਦੋਂ ਪਾਉਂਦੀ ਹੈ? ਦੱਸਦੇ ਨੇ ਵੀ ਮੁਲਕ ਬੈਲਜੀਅਮ ਦੇ ਵਿੱਚ ਨਾ ਸਕੂਲਾਂ ਦੇ ਅੰਦਰ ਬੱਚਿਆਂ ਦਾ ਰਿਜ਼ਲਟ ਬੜਾ ਗੰਦਾ ਆਇਆ, ਪੜ੍ਹਾਈ ਦਾ ਸੱਤਿਆਨਾਸ ਹੀ ਹੋ ਗਿਆ। ਉਹਨਾਂ ਨੇ ਬੱਚਿਆਂ ਨੂੰ ਇੱਕ ਟੈਸਟ ਦਿੱਤਾ ਅਤੇ ਨਾਲ ਕੁਝ ਇਨਾਮ ਰੱਖ ਦਿੱਤਾ। 1 ਲੱਖ ਬੱਚੇ ਨੇ ਟਾਪ ਕੀਤਾ ਅਤੇ ਜੇ ਉਹਨਾਂ ਪਤਾ ਕਰਵਾਇਆ ਤਾਂ ਉਹਨਾਂ ਦਾ ਧਿਆਨ ਹੀ ਬੈੜੇ ਕੰਮਾਂ 'ਤੇ ਸੀ। ਮੈਂ ਤੈਨੂੰ ਦੱਸਾਂ, ਜਿਹੜੇ ਬੈੜੇ ਕੰਮ ਹਨ ਨਾ, ਉਹ ਮੁਲਕ ਅਤੇ ਕੌਮਾਂ ਨਹੀਂ ਤਬਾਹ ਕਰਦੇ, ਉਹ ਤੇਰੀਆਂ ਆਉਣ ਵਾਲੀਆਂ ਨਸਲਾਂ ਤਬਾਹ ਕਰ ਦਿੰਦੇ। ਜਿਹੜੇ ਹੱਥਾਂ ਦੇ ਵਿੱਚ ਕਿਤਾਬਾਂ ਆਉਣੀਆਂ ਸੀ, ਉਹਨਾਂ ਹੱਥਾਂ ਦੇ ਵਿੱਚ ਇਹ ਲੱਡੂ ਫੜਾ ਦਿੱਤੇ। ਬਈ ਇਹ ਖੇਡ ਹੈ ਟਿਕ ਟਿਕ, ਇਹ ਵਜਾਈ ਰੱਖੋ। ਲੈ ਇਹ ਕਿਹੜੀ ਖੇਡ ਹੈ ਜਿਹਦਾ ਨਿਰਾ ਜਾਨ ਹੈ ਕਿ ਵਾਲਾਂ ਦੇ ਹੱਥਾਂ ਦੇ ਉੱਤੇ ਡੋਡਿਆਂ ਦੇ ਵੱਜਦਾ? ਵਾਲਾਂ ਨੇ ਪੱਟੀਆਂ ਬੰਨੀਆਂ ਹੋਈਆਂ ਨੱਥਾਂ ਦੇ ਉੱਤੇ, ਅੱਖ 'ਚ ਲੱਗ ਜਾਂਦਾ, ਸਿਰ 'ਤੇ ਲੱਗੇ ਸਿਰ ਪਾਟ ਜਾਂਦਾ, ਨਿਰਾ ਸਿਰ ਦਾ ਖੱਪੇ ਹੈ। ਖੇਡਾਂ ਅੱਗੇ ਸੀ ਵੀ ਅਫੜੂਲਾਂ 'ਤੇ ਛਾਲਾਂ ਮਾਰਨੀਆਂ, ਗਿੱਲੀ ਡੰਡਾ ਖੇਡਣਾ, ਵਾਂਝੂ ਖੇਡਣਾ, ਕਿੱਲੀ ਬਾਂਦਰ ਖੇਡਣਾ, ਜਿਹਦੇ ਨਾਲ ਵਰਜਿਸ਼ ਹੋਣੀ। ਬਾਬਾ ਕੌਮ ਫਰਮਾਉਂਦੇ ਸੀ ਬਈ ਮਾਵਾਂ ਪੜ੍ਹੀਆਂ ਲਿਖੀਆਂ ਹੋਣਗੀਆਂ ਨਾ ਅਤੇ ਕੌਮਾਂ ਵੀ ਪੜ੍ਹੀਆਂ ਲਿਖੀਆਂ ਹੋਣਗੀਆਂ। ਗਣੀ ਮੀਆਂ ਕੀ ਕਰਨੀ ਹੈ? ਉਹ ਘਰਾਂ ਦੇ ਵਿੱਚ ਜਨਾਨੀਆਂ ਉਹ ਬਾਲਾਂ ਨੂੰ ਆਉਂਦੀਆਂ, ਹਾਵੇਂ ਉਰਾ ਲਿਆਵੇਂ ਨਾ, ਆਹ ਟਿਕ ਟਿਕ ਕਿਵੇਂ ਵੱਜਦੀ? ਲੈ ਬੰਦਾ ਪੁੱਛੇ ਵੀ ਮਹੀਨੇ ਦੇ ਵਿੱਚ 3 ਵਾਰੀ ਬਿਜਲੀ ਮੰਗੀ ਹੋਈ ਹੈ, ਕਿਸੇ ਧਿਆਨ ਦਿੱਤਾ? ਉਹ ਨਿੱਕੇ ਵੱਡੇ ਟਿਕ ਟਿਕ ਨੂੰ ਲੱਗੇ ਹੋਏ ਨੇ, ਕਿਸੇ ਦਾ ਧਿਆਨ ਹੀ ਕੋਈ ਨਹੀਂ। ਮੁੜ ਤੇ ਮਾਪੇ ਆਉਂਦੇ ਨੇ ਬਈ ਸਾਡਾ ਪੁੱਤਰ ਡਾਕਟਰ ਬਣੇ, ਇੰਜੀਨੀਅਰ ਬਣ ਜਾਵੇ, ਅਤੇ ਕੀ ਗੱਲ ਹੈ? ਡਾਕਟਰ ਇੰਜੀਨੀਅਰ ਬਣਨ ਵਾਸਤੇ ਕੋਈ ਟੀਕਾ ਲਾਉਣਾ ਪੈਂਦਾ? ਬਈ ਟੀਕਾ ਲਵਾਇਆ ਤਾਂ ਬੱਚਾ ਡਾਕਟਰ ਇੰਜੀਨੀਅਰ ਬਣ ਗਿਆ। ਉਹ ਸਿਆਣੇ ਆਉਂਦੇ ਨੇ ਬਈ ਜਿਹੜਾ ਗੱਡੋਗੇ ਉਹ ਹੀ ਵੱਡੋਗੇ। ਅਤੇ ਮੈਂ ਤੈਨੂੰ ਦੱਸਾਂ, ਕਿਹਦਾ ਦਿਲ ਕਰਦਾ ਤੇਰਾ ਮੁਲਕ ਤਰੱਕੀ ਕਰੇ, ਤੇਰੇ ਮੁਲਕ ਦੀ ਕੌਮ ਪੜ੍ਹੀ ਲਿਖੀ ਹੋਵੇ? ਇਹ ਹੈ ਕਿਸੇ ਦੇ ਬਾਰੇ 'ਚ? ਆ ਭਲਿਆ ਲੋਕਾਂ ਕਿਸੇ ਦੇ ਵੀ ਬਾਰੇ 'ਚ ਨਹੀਂ। ਉਹ ਜਿਵੇਂ ਕੋਈ ਮੌਲਵੀ ਸਾਹਿਬ ਸੀ ਅਤੇ ਉਹ ਕਿਸੇ ਗਰੀਬ ਘਰ ਮਾੜੇ ਖਤਮ ਪੜ੍ਹਨ ਚਲੇ ਗਏ, ਉਹਨੇ ਦਬਾ ਦਬ ਖਤਮ ਪੜ੍ਹਿਆ ਅਤੇ ਟੁਰ ਪਿਆ। ਉਹ ਬੰਦਾ ਆਉਂਦਾ ਵੀ ਮੌਲਵੀ ਸਾਹਿਬ ਥੋੜ੍ਹਾ ਬਹੁਤਾ ਮੈਂ ਵੀ ਜਾਣਨਾ, ਤੁਸੀਂ ਤਾਂ ਖਤਮੀਅਤ ਦਾ ਪੜ੍ਹਿਆ। ਉਹ ਆਉਂਦਾ ਜੁਮੇ ਰਾਤ ਹੈ, ਖਤਮ ਬਹੁਤੇ ਨੇ। ਉਹ ਬੰਦੇ ਬੜੀ ਜ਼ਿੱਦ ਕੀਤੀ, ਮੌਲਵੀ ਸਾਹਿਬ ਆਉਂਦੇ ਮੈਨੂੰ ਇਹ ਗੱਲ ਦੱਸ ਵੀ ਖਤਮ ਦੇ ਵਿੱਚ ਮੈਨੂੰ ਦਿੱਤਾ ਕੀ ਹੈ? ਆਉਂਦਾ ਲੂਣ ਵਾਲਾ ਅੰਨ। ਆਉਂਦਾ ਵਾਹ ਬਈ ਵਾਹ, ਵੀ ਲੂਣ ਵਾਲੇ ਅੰਨ ਦੇ ਉੱਤੇ ਸਾਰਾ ਖਤਮ, ਅਖੇ ਉਹ ਤਾਂ ਵਾਰਾ ਹੀ ਨਹੀਂ ਖਾਂਦਾ।